ਇੱਕ ਖਾਲੀ ਪਲਾਸਟਿਕ ਦੀ ਬੋਤਲ ਤੇ ਟੇਪ ਨਾਲ ਸਰਲ ਪੰਪ ਬਣਾਓ। ਬੋਤਲ ਦੇ ਢੱਕਣ ਵਿੱਚ 8 ਮਿਲੀਮੀਟਰ ਦਾ ਇੱਕ ਛੇਦ ਕੈਂਚੀ ਨਾਲ ਕਰੋ। ਬੋਤਲ ਦੇ ਤਲੇ ਤੇ ਇੱਕ ਮੋਰੀ ਬਣਾਓ। 3 ਸੈਂਟੀਮੀਟਰ ਲੰਬੀ ਇੱਕ ਟੇਪ ਲਓ। ਇਸ ਟੇਪ ਨੂੰ 1 ਸੈਂਟੀਮੀਟਰ ਅੰਦਰ ਵੱਲ ਮੋੜੋ। ਇਸ ਦੇ ਦੋਹਰੇ ਹਿੱਸੇ ਤੇ ਕੋਈ ਗੂੰਦ ਨਹੀਂ ਹੋਵੇਗੀ। ਟੇਪ ਨੂੰ ਅੱਧ ਵਿਚਕਾਰ ਲੰਬਾਈ ਵੱਲ ਕੱਟੋ। ਬੋਤਲ ਦੇ ਤਲੇ ਤੇ ਇੱਕ ਟੇਪ ਦਾ ਪੀਸ ਚਿਪਕਾਓ ਤਾਂ ਕਿ ਬਿਨਾਂ ਗੂੰਦ ਵਾਲਾ ਹਿੱਸਾ ਛੇਦ ਦੇ ਉੱਤੇ ਹੋਵੇ। ਦੂਸਰੇ ਹਿੱਸੇ ਨੂੰ ਇਸੇ ਤਰ੍ਹਾਂ ਢੱਕਣ ਤੇ ਲਗਾਓ। ਦੋਨਾਂ ਟੇਪਾਂ ਨਾਲ ਵਾਲਵ ਬਣ ਜਾਣਗੇ ਜਿਹੜੇ ਖੁੱਲ੍ਹ ਵੀ ਸਕਦੇ ਹਨ ਅਤੇ ਬੰਦ ਵੀ ਹੋ ਸਕਦੇ ਹਨ। ਇਹ ਵਾਲਵ ਟ੍ਰੈਫਿਕ ਲਾਈਟ ਦੀ ਤਰ੍ਹਾਂ ਹਨ ਜਿਸ ਦਾ ਫਲੋ ਇੱਕ ਤਰਫਾ ਹੁੰਦਾ ਹੈ। ਇਸ ਬੋਤਲ ਨੂੰ ਪਾਣੀ ਦੇ ਜੱਗ ਵਿੱਚ ਪਾਓ ਤੇ ਸਕੁਈਜ਼ ਕਰੋ। ਹਰ ਵਾਰੀ ਸਕੁਈਜ਼ ਕਰਨ ਨਾਲ ਬੋਤਲ ਵਿੱਚ ਪਾਣੀ ਭਰਦਾ ਜਾਵੇਗਾ। ਜਦੋਂ ਇੱਕ ਵਾਰੀ ਬੋਤਲ ਭਰ ਜਾਵੇਗੀ ਤਾਂ ਭਾਰੀ ਮਾਤਰਾ ਵਿੱਚ ਪਾਣੀ ਨਿਕਲੇਗਾ। ਤੁਸੀਂ ਦੇਖੋਗੇ ਕਿ ਉੱਪਰਲਾ ਵਾਲਵ ਖੁੱਲ੍ਹਦਾ ਤੇ ਬੰਦ ਹੁੰਦਾ ਹੈ। ਇੱਕ ਪੁਰਾਣੀ ਬੋਤਲ ਉਠਾਓ ਤੇ ਇੱਕ ਸਰਲ ਪੰਪ ਬਣਾਓ।